ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹਗੜ੍ਹ ਸਾਹਿਬ ਚੱਲੇ ਹਾਂ ਦਰਸ਼ਨ ਕਰਨ। ਪਰਨਾ ਮੈਂ ਨਾ ਨੀਲਾ ਲੈ ਲਿਆ ਆ, ਪਰਨਾ ਉਹ ਤਾਂ ਨਹੀਂ ਬੰਨਿਆ, ਜਾਂਦੇ ਹੋਏ ਨਾ ਘੱਟਾ ਮਿੱਟੀ ਬਹੁਤ ਪੈਣੀ ਆ, ਤਾਂ ਕਰਕੇ ਨਾ ਨਾਲ ਲੈ ਚੱਲਿਆ। ਜਦੋਂ ਗੁਰਦੁਆਰਾ ਸਾਹਿਬ ਪਹੁੰਚਣ ਵਾਲੇ ਹੋਵਾਂਗੇ ਉੱਥੇ ਜਾ ਕੇ ਬੰਨ ਲੈਣਾ ਆ। ਠੰਡ ਵੀ ਬੜੀ ਆ ਅਤੇ ਟਾਈਮ 12 ਵੱਜ ਗਏ ਆ। ਅਸੀਂ ਗੱਡੀਆਂ ਤਿਆਰ ਆ, ਹੁਣ ਪਤਾ ਨਹੀਂ ਕੀ ਡੀਕਣ ਦੇ ਆ, ਸਾਫ਼ ਸੂਫ ਕਰ ਲਈਆਂ ਜੀ ਸਾਰੀਆਂ, ਨੀਲੇ ਨਿਸ਼ਾਨ ਸਾਹਿਬ ਲਾਏ ਆ। ਆ ਜਾਓ ਹੁਣ ਚੱਲੀਏ, ਕੀ ਡੀਕਦੇ ਹਾਂ। ਦੂਜਾ ਚੌਂਗਾ ਵੀ ਆਪਣਾ ਤਿਆਰ ਆ, ਗੱਡੀਆਂ ਚਮਕਾ ਦਿੱਤੀਆਂ, ਫਤਿਹਗੜ੍ਹ ਸਾਹਿਬ ਚੱਲੀਆਂ ਆ। ਮੈਂ ਕਿਹਾ ਗੱਡੀਆਂ ਚਮਕਾ ਕੇ ਲੈ ਕੇ ਚੱਲੇ ਫਤਿਹਗੜ੍ਹ ਸਾਹਿਬ, ਹੈ ਨਾ। ਇਹ ਜੀਪ ਦੀ ਪਹਿਲੀ ਯਾਤਰਾ ਆ ਇਹਨਾਂ ਟਾਇਰਾਂ ਦੇ ਨਾਲ, ਮੈਂ ਕਿਹਾ ਪਹਿਲੀ ਯਾਤਰਾ ਆ ਜੀਪ ਦੀ ਆਹ ਟਾਇਰਾਂ ਦੇ ਨਾਲ। ਉਦੋਂ ਛੋਟੇ ਟਾਇਰ ਪਾ ਕੇ ਗਏ ਸੀ ਆਪਾਂ ਉੱਥੇ ਆਨੰਦਪੁਰ ਸਾਹਿਬ, ਛੋਟੇ ਟਾਇਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੁਕਾਨ ਸਾਹਿਬ ਝੂਟਦੇ ਜਾਣਗੇ, ਗਾਣੇ ਪਤਾ ਕਾਹਤੋਂ ਲਾਏ ਸੀਗੇ, ਇਹਦੀਆਂ ਸੈਟਿੰਗਾਂ ਕਰਾਉਣ ਦੇ ਸੀਗੇ। ਉਹ ਭਾਊ ਡੈੱਕ ਡੁੱਕ ਲਾਉਂਦਾ ਆ ਇੱਥੇ ਲੱਗ ਗਈ ਆਪਣੇ, ਜਿਹਨਾਂ ਕੋਲ ਆਪਾਂ ਲਵਾਈ ਦੇ, ਅਚਾਨਕ ਇੱਥੇ ਆ ਗਿਆ। ਅਸੀਂ ਤਾਂ ਤੇਲ ਪਾਉਂਦੇ ਸੀ ਪਿਛਲੀ ਜੀਪ ਦੇ ਵਿੱਚ, ਅਤੇ ਇਹਦੀਆਂ ਸੈਟਿੰਗਾਂ ਰਾਤੀ ਨਾ ਜਦੋਂ ਬੈਟਰੀ ਕੱਢੀ ਆਪਾਂ, ਜਦੋਂ ਮੈਂ ਠੀਕ ਕਰਾਉਣ ਗਿਆ ਸੀ ਜੀਪ, ਅਤੇ ਉਹ ਸੈਟਿੰਗਾਂ ਡਿਫੋਲਟ ਹੋ ਗਈਆਂ ਸੀ, ਹੁਣ ਓਕੇ ਹੋ ਗਈਆਂ, ਹੁਣ ਵੱਜਦੀ ਵਧੀਆ। ਮੇਰਾ ਇਰਾਦਾ ਸੀਗਾ ਥੋੜੇ ਨਾਲ ਫੁੱਲ ਜਾਣੀ ਆ, ਪਰ 2000 ਨਾਲ ਅੱਧੀ ਟੈਂਕੀ ਹੋਈ ਆ ਇਹਦੀ, ਬਸ ਠੀਕ ਆ। ਬਾਕੀ ਆਪੇ ਹਿੱਲ ਹੁੱਲ ਕੇ ਚੜ ਜਾਣੀ ਤਾਂ ਨੂੰ ਇਹ 'ਚ ਘਟਾਉਣੀ ਪੈਣੀ ਲੱਗਦਾ, ਮੈਂ ਕਿਹਾ ਇਹ 'ਚ ਘਟਾਉਣੀ ਪੈਣੀ ਆ। ਕਿਆ ਵਾਹਾਂ, ਜੀਪਾਂ ਦੋਵੇਂ ਡਿਫਰੈਂਟ ਆ, ਟੈਂਕੀਆਂ ਫੁੱਲ ਕਰਾ ਲਈਆਂ ਆਪਾਂ, ਹੁਣ ਨਹੀਂ ਰੁਕਦੀਆਂ, ਹੁਣ ਸੂਟਾਂ ਬੱਟਰੀਆਂ ਜਾਊਗੀਆਂ। ਆ ਵੀ ਹਵਾ ਕਰਾਉਣ ਲੱਗੇ ਹਾਂ, 18 18 18 18 ਚਾਰਾਂ ਚੱਕੀਆਂ ਦੇ ਵਿੱਚ, ਉਹਦੇ ਵਿੱਚ 15 ਆ, ਪਰ 18 ਕਰਾ ਲੈਣੀਆਂ ਸਾਰਿਆਂ ਦੇ ਵਿੱਚ। ਯਾਰ 10 ਲੰਗਰ ਲੱਗੇ ਨੇ, ਜਿਪਸਾਂ ਭਾਲੀ ਜਾਂਦੇ ਆ ਯਾਰ, ਉਹਦਾ ਜੀ ਕਰਦਾ ਮੁੰਡੇ ਦਾ ਯਾਰ, ਨਾ ਨਾ ਬਾਹਰੋਂ ਕੋਈ ਨਹੀਂ ਖਾਣਾ।
ਯਾਰ ਦੱਸ ਬਾਬੇ ਦੇ ਚੱਲੇ ਹਜੇ ਵੀ ਤੁਸੀਂ ਬਾਹਰੋਂ ਖਾਂਦੇ ਸ਼ਰਮ ਕਰਨ ਥੋੜੀ ਬਹੁਤੀ ਬੰਦੇ ਹਾਂ ਸ਼ਰਮ ਕਰੋ ਮਾੜੀ ਮੋਟੀ ਇੱਥੇ ਆ ਰਾਤ ਨੂੰ ਡਿਊਟੀ ਮੁੰਡਿਆਂ ਦੀ ਨਹੀਂ ਆ ਉਹੀ ਆ ਕਿਹੜਾ ਯਾਰ ਜੀਪ ਲਵਾ ਦੇ ਪੈਰ ਥੱਲੇ ਆ ਚੱਲਾ ਉੱਥੇ ਲਵਾ ਦੇ ਯਾਰ ਓਏ ਗੋਪੀ ਚੌੜਾ ਆ ਤੁਹਾਡਾ ਕੰਮ ਚੌੜਾ ਆ ਤੁਹਾਡਾ ਚੱਲ ਚੰਗਾ ਆਉਂਦੇ ਹੋਏ ਮਿਲਦੇ ਤੁਹਾਨੂੰ ਬਿੱਲੀ ਲਵਾ ਦੇ ਚੱਲ ਚੱਲੀਏ ਜਾਣਦੇ ਜਾਣਦੇ ਲੱਗ ਗਈ ਮਾੜੀ ਚੱਲ ਵੀ ਹੁਣ ਨਹੀਂ ਰੋਕਣੀ ਕਿਤੇ ਵੀ ਗੱਡੀ ਮਰਨਾ ਬੰਨ ਲਿਆ ਮੈਂ ਇੱਥੇ ਹੀ ਕਿਉਂਕਿ ਹਵਾ ਨਹੀਂ ਉਹ ਪੈਂਦੀ ਸ਼ੀਸ਼ੇ ਦਾ ਬਹੁਤ ਸੁੱਖ ਆ ਸਹੀ ਹੈ ਅਸੀਂ ਤੁਰੇ ਜਾਂਦੇ ਹਾਂ ਜ਼ਿਆਦਾ ਦੜਾਉਣ ਨਹੀਂ ਦੇ ਗੱਡੀ ਕਿਉਂਕਿ ਹਵਾ ਪੈਂਦੀ ਹਵਾ ਘੁੰਮ ਕੇ ਆਉਂਦੀ ਐਂ ਦੀ ਉੱਦਾਂ ਸ਼ੀਸ਼ੇ ਦਾ ਬਚਾਅ ਬਹੁਤ ਆ ਆਨੰਦ ਬਹੁਤ ਆ ਰਿਹਾ ਆ ਮੱਠੀ ਮੱਠੀ ਧੁੱਪ ਲੱਗਣ ਦੀ ਕਿ ਨਹੀਂ ਉਹ ਵਧੀਆ ਹੋਇਆ ਸਮਾਂ ਜਿਹੜਾ ਆਪਾਂ ਟਾਈਮ ਨਾਲ ਨਹੀਂ ਤੁਰੇ ਸੋੜਾ 11 12 ਵਜੇ ਤੁਰੇ ਵਧੀਆ ਰਹਿ ਗਿਆ ਨਹੀਂ ਤਾਂ ਪਾਣੀ ਨਾ ਭੱਜਣਾ ਹੀ ਤੁਰੇ ਲਾ ਤੇ ਸੰਗਤ ਯਾਰ ਥੋੜ੍ਹੀ ਜਾਂਦੀ ਹੈ ਨਾ ਉਹ ਸੰਗਤ ਆਪਾਂ ਹੀ ਲੇਟ ਆ ਆਪਾਂ ਲੇਟ ਆ ਜਾਂ ਆਹ ਜਦੋਂ ਆਪਾਂ ਮਾਲਵੇ 'ਚ ਵੜੇ ਉਦੋਂ ਜ਼ਿਆਦਾ ਸੰਗਤ ਟੱਕਰਨੀ ਆ ਆਪਣਾ ਜਦੋਂ ਸੰਗਤ ਤਾਂ ਬਹੁਤ ਆ ਉੱਥੇ ਲੁਧਿਆਣੇ ਪਹੁੰਚਣ ਵਾਲੇ ਆ ਬਸ ਇਹਦੋਂ ਥੋੜ੍ਹਾ ਰਹਿ ਗਿਆ ਲੁਧਿਆਣੇ ਟੱਪਣ ਤੋਂ ਬਾਅਦ ਉਦੋਂ ਜ਼ਿਆਦਾ ਲੰਗਰ ਲੱਗੇ ਹੁੰਦੇ ਉਹ ਰੋਡ ਦੇ ਉੱਤੇ ਉਹ ਸਿੱਧਾ ਰੋਡ ਫਤਿਹਗੜ੍ਹ ਸਾਹਿਬ ਜਾਂਦਾ ਨਾ ਕਿਉਂਕਿ ਸੰਗਤ ਜਿਹੜੀ ਜਾਣਾ ਸੀ ਚੱਲ ਗਈ 25 ਤਰੀਕ ਤੱਕ ਹਾਂ ਤੇ ਕਈ ਤਾਂ ਵਾਪਸ ਆਉਂਦੇ ਆ ਵਾਪਸ ਵੀ ਉਹਨੇ ਕੀ ਵਾਪਸ ਆਈ ਜਾਂਦੇ ਹੁਣ ਉਹਨੇ ਕੀ ਜਾਈ ਜਾਂਦੇ ਆ ਚਾਲੇ ਪਾ ਲੈ ਸੰਗਤ ਬਾਕੀ ਆਨੰਦ ਆ ਰਿਹਾ ਆ ਰਾਜ ਲੰਗਰ ਲੱਗੇ ਹੋਏ ਆ ਇੱਕ ਜੀਵ ਆਪਣੀ ਅੱਗੇ ਆ ਕਈ ਜਿੱਦਾਂ ਲੰਗਰ ਲਾਉਣ ਵਾਲੇ ਉਹ 28 ਤਰੀਕ ਨੂੰ ਵਾਪਸ ਆਉਣਗੇ 38 ਨੂੰ ਵਾਪਸ ਆਉਣਗੇ ਜਿਹੜੇ ਮੱਥਾ ਟੇਕਣ ਵਾਲੇ ਆ ਮੱਥਾ ਟੇਕ ਕੇ ਕੱਲ੍ਹ ਦੇ ਵਾਪਸ ਆਉਣ ਲੱਗਦੇ ਉਹ ਅੱਗੇ ਜਾਣਦੇ ਆਪਣੀ ਦੂਜੀ ਜੀਵ ਅਸੀਂ ਥੋੜ੍ਹੀ ਜਿਹੀ ਵੀਡੀਓ ਬਣਾਉਣ ਲੱਗ ਪਏ ਤਾਂ ਥੋੜ੍ਹੀ ਜਿਹੀ ਹੌਲੀ ਕਰ ਲਈ ਸੀ ਉੱਦਾਂ ਹੀ 70 ਕੁ ਤੇ ਹੌਲੀ ਗੋਪੀ 70 60 70 60 70 ਦੇ ਤੁਰੇ ਜਾਂਦੇ ਆਲਾਂ ਬੱਤੀ ਜੀਪਾਂ ਕੱਢੀ ਦੀਆਂ ਆ ਅਤੇ ਆਨੰਦ ਵੀ ਆਉਂਦਾ ਆ ਨਾ ਵੀ ਇੱਥੇ 5 ਕੁ ਮਿੰਟ ਲਈ ਰੁਕੇ ਹਾਂ ਰੈਸਟ ਧੁੱਪ ਬਹੁਤ ਵਧੀਆ ਲੱਗੀ ਆ ਹੁਣ ਮੈਂ ਕਿਹਾ ਨਾਲੇ ਜੀਪਾਂ ਨੂੰ ਵੀ 2 ਕੁ ਮਿੰਟ ਰੈਸਟ ਦਵਾ ਲਈਏ ਚੱਕ ਚੁੱਕ ਕਰ ਲਈਏ ਵੱਡੇ ਟਾਇਰ ਪਏ ਆ ਦੇਖ ਦੇਖ ਕੇ ਜਾਣਾ ਪੈਣਾ ਆ ਚੱਕੇ ਚੁੱਕੇ ਮਾੜਾ ਜਿਹਾ ਦੇਖ ਲਓ ਨਟ ਨੁੱਟ ਮਾੜਾ ਜਿਹਾ ਮੈਂ ਵੀ ਵੇਖ ਲਵਾਂ ਉਹਦੇ ਚੱਕੀਆਂ ਨੇ ਨਟ ਦੇਖਣੇ ਪੈਂਦੇ ਕਈ ਵਾਰੀ ਨਾ ਉਹ ਵੀ ਠੀਕ ਆ ਇਹ ਜਹਾਜ਼ ਫਿਰ ਇੱਦਾਂ ਹੀ ਆ ਫਿਰ ਜਹਾਜ਼ਾਂ ਨੂੰ ਚੈੱਕ ਕਰਨਾ ਪੈਂਦਾ ਜਦੋਂ ਫਲੈਟ ਉਤਰੇ ਬੰਦੇ ਸਾਡੇ ਨਾਲ ਹੁੰਦੇ ਪਰਨੇ ਬੰਨੇ ਹੁੰਦੇ ਨਜ਼ਾਰੇ ਨਾ ਆਉਂਦੇ ਨਾਲ ਦਰਸ਼ਨਾਂ ਦਾ ਮੌਕਾ ਮਿਲ ਗਿਆ ਆਪਾਂ ਦਰਸ਼ਨ ਕਰ ਲਈਏ ਜਾ ਕੇ ਗੋਪੀ ਵੀ ਕਹਿੰਦਾ ਆ ਜੀਪ ਨੂੰ ਅਪਡੇਟ ਕਰਨਾ ਆ ਮੇਰੇ ਵਾਲੀ ਤਾਂ ਚਲੋ ਕੀ ਆਪਾਂ ਅਪਡੇਟ ਕਰਨੀ ਉਹ ਤਾਂ ਹਜੇ ਕੀਤੀ ਆਪਾਂ ਨਵੀਂ ਤਿਆਰ ਆ ਹੁੱਡ ਦਾ ਵਿਚਾਰ ਹੈਗਾ ਵੀ ਹੁੱਡ ਲਾ ਲਈਏ ਉਹਦੀ ਬਾਕੀ ਹੁਣ ਗੱਲਾਂ ਬਾਤਾਂ ਨਹੀਂ ਕਰਨੀਆਂ ਹੁਣ ਨਿਕਲੀਏ ਆਪਾਂ ਆ ਜਾ ਵੀ ਮਿੱਤਰਾ ਚਲੀਏ ਬਾਲਸ਼ ਮਾਰੀ ਆ ਉੱਤੇ ਐਨ ਧੰਨ ਧੰਨ ਹੋਈ ਪਈ ਆ ਬਸ ਲੁਧਿਆਣਾ ਨਾ ਆਉਣ ਵਾਲਾ ਹੀ ਆ ਹੋਰ 10 ਮਿੰਟਾਂ ਤੱਕ ਲੁਧਿਆਣਾ ਆ ਜਾਣਾ ਆ ਟੋਲ 'ਤੇ ਦੇਖਦੇ ਹਾਂ ਕੀ ਬਣਦਾ ਇਹਨੂੰ ਕਰ ਲਾ ਬੱਸ ਆਉਂਦੀ ਪਿੱਛੇ ਟੋਲ ਆਪਾਂ ਇੱਥੇ ਲਗਾ ਦੇਣਾ ਸ਼ੀਸ਼ੇ ਨੇ ਬਹੁਤ ਬਚਾਅ ਕੀਤਾ ਯਾਰ ਧੰਨਵਾਦ ਸ਼ੀਸ਼ੇ ਆ ਤੇਰਾ ਸਾਨੂੰ ਠੰਡ ਤੋਂ ਬਚਾਇਆ ਠੰਡ ਚੰਗਾ ਵੀ ਨਹੀਂ ਲੱਗਦਾ ਸੀ ਉੱਦਾਂ ਹਾਂ ਇੱਦਾਂ
ਠੀਕ ਲੱਗਦਾ ਦੇਖਣ ਵਾਲਾ, ਕਹਿੰਦਾ ਵੀ ਹਾਂ ਸ਼ੀਆ ਲੱਗਾ। ਹਾਂ ਲਓ ਜੀ ਚਾਹ ਛਕੋ, ਦੁੱਧ ਛਕੋ, ਦੁੱਧ 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 ਛਕੋ। ਟੋਲ ਪਲਾਜ਼ਾ ਆ ਗਿਆ ਆ ਲੁਧਿਆਣੇ ਵਾਲਾ, ਹੁਣ ਦੇਖਦੇ ਆ ਟੋਲ ਪਲਾਜ਼ੇ ਵਾਲੇ ਕੀ ਕਹਿੰਦੇ ਆ, ਲੰਘਣ ਦਿੰਦੇ ਆ ਜੀਪ ਕਿ ਨਹੀਂ, ਅਸੀਂ ਲੰਘਾ ਸਕਦੇ ਹਾਂ ਕਿ ਨਹੀਂ, ਇਹ ਹੁਣ ਟੋਲ ਪਲਾਜ਼ੇ 'ਤੇ ਪਤਾ ਲੱਗੂ ਜਾ ਕੇ। ਦੇਖਦੇ ਆ ਸਿੰਘ ਟੋਲ ਪਲਾਜ਼ੇ 'ਤੇ ਲੰਘਾਉਂਦੇ ਕਿ ਨਹੀਂ ਲੰਘਾਉਂਦੇ। ਮੈਂ ਕਿਹਾ ਵੀਰ ਬੈਠਾ ਕਹਿੰਦਾ ਹੌਲੀ 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 ਸਤਲੁਜ ਦਰਿਆ ਓਪੀ ਸਤਲੁਜ ਸੁੱਕਾ ਪਿਆ ਸਤਲੁਜ ਵੀ ਸਾਰਾ ਹੀ ਬਈ। ਟੋਲ ਪਲਾਜ਼ਾ ਆ ਗਿਆ, ਟੋਲ ਪਲਾਜ਼ਾ ਲੁਧਿਆਣੇ ਵਾਲਾ ਲਾਡੋਵਾਲ, ਲੁਡੋਵਾਲ ਲੁਡੋਵਾਲ ਕਿ ਲਾਡੋਵਾਲ ਲਾਡੋ ਲਾਡੋ ਲਾਡੋਵਾਲ ਬਹੁਤ ਵੱਡਾ ਟੋਲ ਪਲਾਜ਼ਾ, ਪੈਸੇ ਵੀ ਬਹੁਤ ਲੈਂਦੇ ਆ ਇਹ। ਓ ਬੱਲੇ 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 ਗੋਪੀ, ਬੱਲੇ 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 ਆਜੂਗੇ ਆਜੂਗੇ, ਉਹ ਵੀ ਆਜੂਗੇ। ਇੱਕ ਜਹਾਜ਼ ਲੰਘ ਆਇਆ ਤੇ ਦੂਜਾ ਵੀ ਲੰਘ ਆਊਗਾ। ਲੈ ਬਈ ਟੋਲ ਪਲਾਜ਼ਾ ਪਾਰ ਕਰ ਗਏ ਹਾਂ, ਲੁਧਿਆਣੇ 'ਚ ਐਂਟਰ ਹੋ ਗਏ ਹਾਂ। ਹੁਣ ਅੱਧਾ ਕੁ ਘੰਟਾ ਲੱਗੂ ਲੁਧਿਆਣਾ ਪਾਰ ਕਰਨ ਨੂੰ, ਉਸ ਤੋਂ ਬਾਅਦ ਫਿਰ ਛੂਕਦੇ ਜਾਵਾਂਗੇ ਫਿਰ ਫਤਿਹਗੜ੍ਹ ਸਾਹਿਬ ਨੂੰ। ਹਰਿਆਣੇ ਵਾਲੇ ਐਮ ਪੀ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਲੈ ਵੀ ਅੱਜ ਜੀਪ ਬੜੀਆਂ ਜਣਾਂ ਨੇ ਸਰਾਈ ਕਿ ਇੱਦਾਂ ਇੱਦਾਂ ਕਰਕੇ ਲੰਘਦੇ। ਲੌਂਗ ਰੂਟ 'ਤੇ ਮੇਰੇ ਖਿਆਲ ਨਾਲ ਮੈਂ ਕੱਢੀ ਨਹੀਂ ਯਾਰ, ਇਹ ਟਾਇਰ ਪਾ ਕੇ ਹੈ ਨਾ ਪਹਿਲੀ ਵਾਰੀ ਨਿਕਲੀ ਆ। ਉਦੋਂ ਛੋਟੇ ਉਦੋਂ ਛੋਟੇ ਸੀ ਟਾਇਰ, ਛੋਟੇ ਟਾਇਰ ਸੀ, ਉਦੋਂ ਰੰਗ ਵੀ ਨਹੀਂ ਸੀ ਨਾ ਕਰਾਇਆ। ਹਾਂ ਹੁਣ ਰੰਗ ਵੀ ਆ ਅਤੇ ਟਾਇਰ ਵੀ ਆ, ਨਾਲ ਨਿਸ਼ਾਨ ਸਾਹਿਬ ਵੀ ਆ। ਚਲੋ ਵੀ ਜਿੱਟੋ ਆ ਜਾਓ।
ਲੈ ਬਈ ਭਾਜੀ ਹੁਣੀ ਵੀ ਮਿਲੇ ਆ ਭਾਜੀ ਕਿੱਥੋਂ ਤੁਸੀਂ ਭਾਜੀ ਲੁਧਿਆਣੇ ਤੋਂ ਭਾਜੀ ਲੁਧਿਆਣੇ ਤੋਂ ਭਾਜੀ ਬਹੁਤ ਧੰਨਵਾਦ ਭਾਜੀ ਬਹੁਤ ਹੋਰ ਭਾਜੀ ਆ ਲੰਮੇ ਸ਼ਾਮ ਬਸ ਲੰਗਰ ਸਕਦੇ ਹੋਣ ਓਕੇ ਥੈਂਕ ਯੂ ਭਾਜੀ ਓਕੇ ਓਕੇ ਵੀਰੇ ਓਕੇ ਸ਼ਾਦਾ ਛੱਡ ਕੇ ਖੜੇ ਆ ਬਾਕੀ ਸੰਗਤ ਬੈਠੀ ਹੈ ਪਰ ਚੱਲ ਸਕਦੀ ਸਰਹੰਦ ਸਰਹੰਦ ਪਹੁੰਚ ਗਏ ਆ ਜਿੱਥੋਂ ਐਕਸੈਸਰੀ ਮਿਲਦੀ ਨਹੀਂ ਆਪਾਂ ਕੋਈ ਆਵਾਜ਼ ਨਹੀਂ ਲਾਉਣਾ ਯਾਰ ਅੱਛਾ ਚੱਲ ਫਿਰ ਤੇਰਾ ਪਲਾ ਹੋ ਗਿਆ ਬੜਾ ਭਾਰਾ ਹੀ ਇਹਦਾ ਬਲਾਸਟਰ ਮਿਲ ਜੂ ਕਿੰਨੇ ਕੁ ਦਾ ਉਹ ਪਾ ਦੇ ਸਰਹੰਦ ਪਹੁੰਚ ਗਏ ਸੀਗੇ ਅਤੇ ਇੱਥੇ ਰੁਕੇ ਹਾਂ ਬਾਹਰ ਗੋਪੀ ਹੁਣੀ ਲਵਾਉਣ ਦੇ ਜਾਂ ਲੈਟ ਕਿਉਂਕਿ ਹਨੇਰਾ ਹੋ ਜਾਣਾ ਆ ਫਿਰ ਜਿਹੜੀ ਐਸੈਸਰੀ ਦੀਆਂ ਸ਼ੋਪਾਂ ਆ ਤਾਂ ਇੱਥੇ ਸਟਿੱਕਰਾਂ ਵਾਲੀ ਦੁਕਾਨ ਲੱਭ ਗਈ ਫਿਰ ਆਪਾਂ ਲਿਖਾ ਲਿਆ ਖੂਹ ਵਾਲੇ ਟਾਈਮ ਹੈਗਾ ਸੀ ਆਪਣੇ ਕੋਲ ਭਰਾ ਹੁਣ ਕੱਢਣ ਦਿਆ ਆ ਉਹਦੇ ਪੌਂਟ ਲੀਵ ਆਪਣੀ ਦੀ ਬੈਕ ਸਾਈਡ 'ਤੇ ਲਾ ਦੇਣਾ ਆਪਾਂ ਸਟਿੱਕਰ ਸਟਿੱਕਰ ਬਹੁਤ ਖਤਰਨਾਕ ਲਾਏ ਆ ਇਹਨਾਂ ਨੇ ਆਹ ਸਰਹੰਦ ਰੁਕੇ ਸੀਗੇ ਵੀਰ ਹੁਣਾਂ ਨੂੰ ਸਮਾਨ ਲਿਆ ਆਪਾਂ ਸਾਰਾ ਫਸਟ ਸ਼ੋਪ ਤੁਹਾਡੀ ਆ ਹਨਾ ਤਾਂ ਹੀ ਅਸੀਂ ਬ੍ਰੇਕ ਇੱਥੇ ਮਾਰੀ ਉੱਥੋਂ ਸਿੱਧੇ ਆਏ ਸੀ ਐਂ ਨੂੰ ਇੱਥੇ ਕੀ ਬ੍ਰੇਕ ਮਾਰੀ ਅਸੀਂ ਅਤੇ ਸਮਾਨ ਸਾਰਾ ਭਰਾ ਨੇ ਰੱਖਿਆ ਵੀਰੇ ਸਾਰਾ ਏ ਟੂ ਜ਼ੈਡ
ਡੁਪਲੀਕੇਟ ਜਦੋਂ ਮੈਂ ਇੱਥੇ ਆ ਕੇ ਦੇਖੀ ਨਾ ਬੜਾ ਫਰਕ ਨਿਕਲਿਆ ਕਿ ਰੇਟ ਦਾ ਤਾਂ ਫਰਕ ਹੈ ਹੀ ਹੈ ਤੇ ਮਟੀਰੀਅਲ ਦਾ ਵੀ ਫਰਕ ਨਿਕਲਿਆ ਉਹ ਰੇਟ ਵੱਧ ਲੈ ਗਏ ਨਾ ਗੋਪੀ ਤੇ ਮਟੀਰੀਅਲ ਵੀ ਮਾੜਾ ਕੁਆਲਿਟੀ ਚ ਫਰਕ ਆ ਰੇਟ ਘੱਟ ਆ ਤੇ ਮਟੀਰੀਅਲ ਵੀ ਵਧੀਆ ਆ ਆ ਲੈਟ ਇਹ ਗੱਡੀ ਤੇ ਨਹੀਂ ਲਾਉਣੀ ਹੈ ਭਾਵੇਂ ਸ਼ੋਪ ਆਪਣੀ ਤੇ ਲਾਉਣੀ ਹੈ ਉੱਥੇ ਗਰੁੱਪ ਓਕੇ ਵੀਰੇ ਤੇ ਬਾਕੀ ਸਾਰਾ ਕੋਠੀ ਰੱਖਿਆ ਆ ਤੇ ਰੇਟ ਬਹੁਤ ਜਾਇਜ਼ ਲੱਗਾ ਸਾਨੂੰ ਜਲੰਧਰ ਨਾਲੋਂ ਤਾਂ ਬਹੁਤ ਜ਼ਿਆਦਾ ਜਾਇਜ਼ ਆ ਲੈਟਾਂ ਸ਼ੈਟਾਂ ਲਵਾ ਕੇ ਅਤੇ ਹੁਣ ਟਾਈਮ ਹੋ ਗਿਆ 6:11 ਲਗਭਗ 7 ਦੇ ਕਰੀਬ ਆਪਾਂ ਪਹੁੰਚ ਜਾਣਾ ਨਾ ਪਹਿਲੋਂ ਆਪਾਂ ਉੱਥੇ ਰੁਕਣਾ ਜਿੱਥੇ ਲੰਗਰ ਲੱਗਾ ਗੱਡੀਆਂ ਉੱਥੇ ਲਾਉਣੀਆਂ ਉੱਥੇ ਉੱਥੇ ਅਤੇ ਗੱਡੀਆਂ ਟਿਕਾਣੇ 'ਤੇ ਲਾ ਕੇ ਫੇਰ ਦਰਸ਼ਨ ਮੇਲੇ ਕਰਨ ਜਾਵਾਂਗੇ ਕਿ ਨਹੀਂ ਪਹਿਲਾਂ ਤਾਂ ਠੰਡ ਬਹੁਤ ਲੱਗਣ ਦਈ ਆ ਜਾ ਕੇ ਧੁੰਦ ਪੈ ਗਈ ਧੁੰਦ ਉਧਰ ਜਾਮ ਬਹੁਤ ਲੱਗਾ ਸੀਗਾ ਫੇਰ ਉੱਥੋਂ ਗੱਡੀ ਮੋੜੀ ਹੁਣ ਬਾਹਰੋਂ ਬਾਹਰ ਜਾਣ ਰਹੇ ਆ ਡੈਸਟੀਨੇਸ਼ਨ ਜਿਹੜੀ ਜਿੱਥੇ ਲੰਗਰ ਲੱਗਾ ਉੱਥੇ ਬਈ ਮਿੱਤਰੋ ਵਿੱਚੋਂ ਵਿੱਚ ਕੱਢ ਲਿਆਏ ਗੱਡੀਆਂ ਆ ਜਿਹੜੇ ਪਹਿਲਾਂ ਦੇ ਆਏ ਆ ਲਾ ਕੇ ਬੈਠੇ ਜਿਹੜੇ ਪਹਿਲਾਂ ਦੇ ਆਏ ਆ ਗੋਪੀ ਟਾਈਮ ਕਿੰਨਾ ਹੋਇਆ ਟਾਈਮ ਵੀਰ ਮੈਨੂੰ ਦੇਖ ਕੇ ਦੱਸਣ ਦੇ 8:05 ਹਾਂ ਪੂਰੇ 8:05 'ਤੇ ਪਹੁੰਚੇ ਹਾਂ ਅਤੇ ਭਾਅ ਜੀ ਹੁਣਾਂ ਨੇ ਰਾਜਸਥਾਨ ਤੋਂ ਲੰਗਰ ਦੀ ਸੇਵਾ ਇੱਥੇ ਲਈ ਆ ਨਹੀਂ ਦੇਖਦਾ ਭਾਅ ਜੀ ਇੱਧਰ ਆ ਜਾ ਅਤੇ ਭਾਅ ਜੀ ਹੁਣਾਂ ਦੀ ਰਿਸ਼ਤੇਦਾਰੀ ਆ ਭਾਅ ਜੀ ਹੁਣੀ ਖਿੱਚ ਲਿਆਏ ਸਾਨੂੰ ਇੱਥੇ ਦੀਪਾਂ ਜੀ ਪਿੱਛੇ ਲਾ ਆਏ ਹਾਂ ਅਤੇ ਲੰਗਰ ਲੱਗੇ ਹਾਂ ਛਕਣ ਹੁਣ ਚਲੋ ਭਾਅ ਜੀ ਹੱਥ ਮੂੰਹ ਧੋ ਅਤੇ ਛਕੀ ਆ ਲੰਗਰ ਲੰਗਰ ਛੱਕ ਕੇ ਸਾਡੇ ਆਨੰਦ ਆ ਗਿਆ ਭਾਅ ਜੀ ਲੰਗਰ ਮੈਂ ਕਿਹਾ ਛਕਿਆ ਆਨੰਦ ਬਹੁਤ ਆਇਆ ਯਾਰ ਬਾਜਰੇ ਦੀ ਰੋਟੀ ਅਤੇ ਸਬਜ਼ੀ ਕਾਹਦੀ ਸੀ ਭਾਅ ਜੀ ਚਿਬੜਾਂ ਦੀ ਚਟਣੀ ਅਤੇ ਸਬਜ਼ੀ ਕਾਹਦੀ ਬੇਸਣ ਗੱਟਿਆਂ ਦੀ ਸਾਰਾ ਕੁਛ ਘਰ ਦਾ ਆਨੰਦ ਆ ਗਿਆ ਮੈਂ ਬਾਜਰੇ ਦੀ ਖਾਂਦਾ ਨਾ ਬਾਜਰੇ ਦੀ ਰੋਟੀ ਹਾਂ ਨਜ਼ਾਰਾ ਆ ਗਿਆ ਯਾਰ ਮੁੰਡੇ ਵੀ ਸੇਵਾ ਵਾਲੇ ਵਧੀਆ ਸਾਰੇ 10 ਇੱਥੇ ਰੈਸਟ ਕਰਾਂਗੇ ਹੁਣ ਭਾਅ ਜੀ ਚੱਲਣਾ ਨਾਲ ਸਾਡੇ ਹੈ ਨਾ ਜਾਂਦੇ ਜਾਂਦੇ ਨਾਲੇ ਰੋਟੀ ਠਾ ਨਾਲੇ ਕਿਤੇ ਇਹ ਆਪਣੇ ਲੰਗਰ ਦੀ ਬੈਕ ਸਾਈਡ ਇੱਧਰ ਅਸੀਂ ਜੀਪਾਂ ਲਾਈਆਂ ਪਿਛਲੇ ਪਾਸੇ ਉਹ ਉਧਰਲੀ ਸਾਈਡ ਅਤੇ ਹੁਣ ਆਪਾਂ ਦਰਸ਼ਨ ਕਰਨ ਚੱਲੇ ਫਿਰ ਦਰਸ਼ਨ ਵੇਲੇ ਹਾਂ
ਦੁੱਖ ਨਹੀਂ ਹੁੰਦੇ ਹੈ ਨਾ। ਚਲੋ ਆ ਕੇ ਇੱਥੇ ਧੂਣੀ ਵੀ ਸੇਕ ਸਕਦੇ ਹਾਂ ਆਪਾਂ, ਧੂਣੀ ਦਾ ਪ੍ਰਬੰਧ ਵੀ ਹੈਗਾ ਹੈ। ਸਾਰਾ ਮਿਠਾਈ ਆ ਨਾ ਬਣਦਾ ਕਾਹਦਾ? ਆਟੇ ਦਾ, ਆਟੇ ਦਾ ਮੈਦਾ, ਖੰਡ, ਘਿਓ, ਚੀਨੀ, ਬੇਸਣ, ਅਲੱਗ ਅਲੱਗ ਬਾਹ ਕੱਟੇ ਕਰ। ਬੱਲੇ ਬੱਲੇ ਬੱਲੇ, ਦਿਲ ਦਾ ਹੀ ਕੋਈ ਨਹੀਂ। ਇੱਧਰਲੇ ਬੰਦੇ ਨਾ ਸੱਜੇ ਪਾਸੇ ਅੱਧਾ ਪੌਣਾ ਘੰਟਾ ਹੋ ਗਿਆ ਤੁਰਿਆ ਆਉਂਦਿਆਂ ਨੂੰ, ਲੈਣ ਹੀ ਲੱਗੀ ਆ। ਅਤੇ ਰਾਤ ਦੇ 11 ਵੱਜ ਗਏ, 11 ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਨਹੀਂ ਗੋਪੀ? ਧੁੰਦ ਪੂਰੀ, ਧੁੰਦ ਕੈਮਰੇ 'ਚ ਦਿਸਣ ਦਿਆ ਆ, ਉੱਦਾਂ ਨਹੀਂ। ਧੁੰਦ ਪੂਰੀ, ਮਤਲਬ ਇੱਥੋਂ 25-30 ਫੁੱਟ ਦਿਸਦਾ ਹੋਣਾ, ਉਹ ਤੋਂ ਜ਼ਿਆਦਾ ਨਹੀਂ ਦਿਸਦਾ। ਬਾਕੀ ਦਰਸ਼ਨ ਕਰ ਰਹੇ ਹਾਂ, ਉਸ ਤੋਂ ਬਾਅਦ ਇੱਕ ਕੈਮਰੇ ਦਾ ਸਹਾਰਾ ਲਿਆ, ਹੁਣ ਜਾ ਕੇ ਲੇਟਾਂ ਮਾਰਨਾ ਥੱਕ ਗਏ ਹਾਂ। ਸਵੇਰੇ ਫਿਰ ਵਾਲੇ ਪਾਸੇ ਦਾ ਟਰਾਲੀਆਂ ਦੇ ਤੰਬੂ ਲਾਏ, ਉੱਥੋਂ ਸਾਰਾ ਲੈ ਲੈ ਹੋਰ ਪਰਚੋ ਧੁੰਦੀ ਬੋੜੀ ਪਈ, ਦਿਸਦਾ ਹੀ ਕੁਝ ਨਹੀਂ ਹੈ। ਦੇਖੋ ਵਿੱਚ ਹੁੰਦੇ ਹੀ ਆ, ਪਰ ਬੂਫਰ ਸਾਰਿਆਂ ਨੇ ਲਾਏ ਰੰਗ ਬਿਰੰਗੇ। ਉੱਦਾਂ ਟਰਾਲੀ ਵਾਲਿਆਂ ਦੀ ਮੌਜ ਆ, ਵਿੱਚ ਗੱਦੇ ਸਿੱਟੇ ਆ, ਪਰਾਲੀ ਸਿੱਟੀ ਆ, ਨਿੱਘੇ ਹੋ ਗਏ ਸੁੱਤੇ ਹੀ। ਜਿਹੜਾ ਚਲਾਉਂਦਾ ਉਹ ਠਰਦਾ। ਆਨੰਦ ਆ ਗਿਆ ਵੀ ਦਰਸ਼ਨ ਕਰਕੇ, ਲੰਗਰ ਛਕਿਆ, ਫਿਰ ਜਾਂਦੇ ਹੋਏ 2 ਵਾਰੀ ਚਾਹ ਪੀਤੀ, ਆਉਂਦੇ ਹੋਏ ਫਿਰ ਚਾਹ ਪੀਤੀ, ਇੰਨੀ ਠੰਡ ਆ। ਯੂਪੀ ਵਾਲਿਆਂ ਦੇ ਫਿਰ ਪੀਣੀ ਆ, ਮੇਰਠ ਵਾਲਿਆਂ ਦੇ, ਪਰ ਬਈ ਚਾਹ ਬਹੁਤ ਸਵਾਦ ਸੀ। ਅਤੇ ਲੰਗਰ ਉਹ ਤਾਂ ਤੁਹਾਨੂੰ ਮੈਂ ਕੀ ਕਹਾਂ, ਹੁਣ ਰਾਜਸਥਾਨ ਵਾਲਿਆਂ ਨੇ ਛਕਾਇਆ ਲੰਗਰ ਜਿਹੜਾ ਬਈ, ਉਹ ਤਾਂ ਬਈ ਨਜ਼ਾਰਾ ਪਹਿਲੀ ਵਾਰੀ ਛਕਿਆ ਲੰਗਰ। ਬਾਜਰੇ ਦੀ ਰੋਟੀ ਨਾਲ ਚਿਬੜਾਂ ਦੀ ਚਟਣੀ, ਵੇਸਣ ਦੀ ਸਬਜ਼ੀ, ਵੇਸਣ ਦੇ ਕੀ ਹੀ ਪਕੌੜੇ ਸੀ, ਉਹ ਹੁੰਦੇ ਭੇਲੇ ਜਿਹੇ ਬਣਾਏ ਹੁੰਦੇ, ਕੱਟ ਕੱਟ ਬਣਾਏ ਹੁੰਦੇ ਆਪ ਹੀ, ਉਹ ਸਬਜ਼ੀ ਹੋਮਮੇਡ ਆ, ਹੋਮਮੇਡ ਸਾਰਾ ਕੁਛ ਸੀ। ਤਾਂ ਫਿਰ ਅਸੀਂ ਜਿੱਥੇ 2 ਖਾਣੀਆਂ ਸੀ, 4-5 ਰੋਟੀਆਂ ਖਾਣੀਆਂ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸਾਡੀ ਸਵੇਰ ਚੜ੍ਹੀ ਆ, ਰਾਤੀ ਸੁੱਤੇ ਸੀਗੇ ਇੱਥੇ। ਭਾਅ ਜੀ ਹੁਣਾਂ ਨੇ ਥਾਂ ਦੇ ਦਿੱਤਾ ਸਾਨੂੰ ਥੋੜ੍ਹਾ ਜਿਹਾ, 11 ਵੱਜ ਗਏ ਸੀ, 11 ਵਜੇ ਫਿਰ ਅਸੀਂ ਗੱਡੀਆਂ ਦੇ ਕੋਲ ਅੱਗ ਸੇਕਦੇ ਰਹੇ ਜਿੱਥੇ ਲੰਗਰ ਲੱਗਾ ਸੀਗਾ। ਹੁਣ ਸੜਕ ਦੇ ਦੂਜੇ ਪਾਸੇ ਇਹਨਾਂ ਦੀ ਰਿਹਾਇਸ਼ ਆ, ਥੋੜ੍ਹਾ ਜਿਹਾ ਇੱਥੇ ਦੁਕਾਨ ਆ ਜਿਹੜੀ ਲੱਕੜ ਦੀ, ਅਤੇ ਇਹਦੇ ਅੰਦਰ ਜਾ ਕੇ ਇੱਥੇ ਰਾਤੀ ਨਜ਼ਾਰਾ ਆ ਗਿਆ। ਲੱਕੜਾਂ 'ਤੇ ਸੌਂ ਗਏ, ਨਿੱਘੇ ਹੋ ਗਏ ਸੁੱਤੇ 3 ਕੁ ਘੰਟੇ ਯਾਰ, ਪਰ ਆਨੰਦ ਵਾਹਦਾ ਆ। ਇੱਥੇ ਸੁੱਤੇ ਸੀਗੇ ਅਸੀਂ, ਬਾਕੀ ਬੰਦੇ ਸਾਡੇ ਅੰਦਰ ਸੁੱਤੇ ਸੀ।
ਨਜ਼ਾਰਾ ਆਇਆ ਕਿ ਨਹੀਂ ਰਾਤੀ? ਬਾਕੀ ਸੁੱਤੇ ਆ ਤੇ ਅਸੀਂ ਚੱਲਦੇ ਹਾਂ ਮਾੜਾ ਜਿਹਾ ਜੀ ਪਾ ਲਓ, ਕਿਉਂਕਿ ਬਾਅਦ 'ਚ ਨਾ ਦੋ ਕੁ ਘੰਟੇ ਘੰਟੇ ਦੋ ਘੰਟੇ ਤਾਂ ਹੀ ਇੱਧਰ ਫਿਰ ਟਰੈਕਟਰ ਟਰਾਲੀਆਂ ਦਾ ਜਾਮ ਲੱਗਣਾ ਸ਼ੁਰੂ ਹੋ ਜਾਣਾ। ਮੈਂ ਇਹਨਾਂ ਨੂੰ ਸਲਾਹ ਦਿੱਤੀ, ਮੈਂ ਕਿਹਾ ਅਜੇ 6 ਵਜੇ ਆ, ਆਪਾਂ ਹੁਣੇ ਹੀ ਜਾ ਕੇ ਸੜਕੋਂ ਇੱਧਰ ਲੈ ਆਈਏ, ਕਿਉਂਕਿ ਆਪਾਂ ਇਹਨੂੰ ਜਾਣਾ ਉੱਧਰੋਂ ਆਏ ਹਾਂ। ਜੇ ਉੱਧਰੋਂ ਟਰਾਲੀਆਂ ਪੁਲਿਸ ਵਾਲਿਆਂ ਨੇ ਨਾਕਾ ਖੋਲ੍ਹਤਾ ਆ ਗਈਆਂ ਫਿਰ ਇੱਧਰ ਨਹੀਂ ਸੜਕ 'ਤੇ ਆ ਹੋਣਾ, ਲੈਣ ਬਹੁਤ ਜ਼ਿਆਦਾ ਲੰਬੀ ਲੱਗ ਜਾਂਦੀ ਆ। ਅਜੇ ਤੱਕ ਤਾਂ ਬਚਾਈ ਆ, ਉੱਦਾਂ ਧੁੰਦ ਪੂਰੀ ਪਈ ਆ। ਲੰਗਰ ਲੱਗਾ ਉਹ ਸਾਹਮਣੇ, ਉਹਦਾ ਤਾਂ ਹੁਣ ਲੰਗਰ ਖੁੱਲ੍ਹ ਗਏ ਆ ਸਾਰੇ, ਅਤੇ ਸੰਗਤ ਤੁਰੀ ਆਉਣ ਦੇ ਹੀ ਆ। ਆਪਾਂ ਇੱਥੇ ਗੱਡੀਆਂ ਲਿਆ ਕੇ ਸ਼ੈੱਡ ਥੱਲੇ ਲੈ ਲੈਣੀਆਂ ਹੁਣੇ। ਆਨੰਦ ਆ ਗਿਆ ਵੀ ਰਾਤੀ, ਘਰ ਸਾਰੀ ਰਾਤ ਸੋਈ ਜਾਂਦਾ ਆ ਨਾ, ਨੀਂਦ ਨਹੀਂ ਕਈ ਵਾਰੀ ਪੂਰੀ ਹੁੰਦੀ। ਇੱਥੇ ਅਸੀਂ ਸੁੱਤੇ ਹੋਣੇ ਮੇਰੇ ਖਿਆਲ ਨਾਲ 12:30 ਲਗਭਗ, ਇੰਨੇ ਕਿਤੇ ਲੱਗੇ ਛੱਗ ਜਾਏ, 1 ਵਜੇ ਦੇ ਲੱਗੇ ਛੱਗ ਗਏ। ਨੀਂਦ ਆ ਗਈ ਲੱਕੜ ਵਾਲੇ ਪਲੰਘ ਦੇ ਉੱਤੇ, ਐਨ 6 ਵਜੇ ਜਾਗ ਖੁੱਲ੍ਹ ਗਈ। ਵਧੀਆ ਦੇਖ ਬਾਹਰ ਆਨੰਦ, ਬਜ਼ੁਰਗ ਦੌੜੇ ਫਿਰਨ ਦੇ, ਆਪਾਂ ਸੁੱਤੇ ਹੀ ਹਾਂ। ਹੈਂ ਸੁੱਤੇ ਵੀ ਦਾਵੇ ਦੇ, ਆਪਾਂ ਸੁੱਤੇ ਵੀ ਨਹੀਂ। ਇਹ ਆਪਾਂ ਜਾਣਾ ਐ ਨੂੰ ਹੈ ਨਾ, ਆ ਇੱਕ ਇੱਕ ਘੱਟ ਆ ਇੱਥੇ ਆ, ਇੱਕ ਘੱਟ ਇੱਧਰ ਹੋਣਾ। ਚਾਬੀ ਚੁਬੀ ਲੈ ਆਉਂਦੀ, ਸਟਾਰਟ ਕਰਦੀ ਹੈ ਪਹਿਲਾਂ ਯਾਰ ਹੈ ਨਾ, 10 ਮਿੰਟ ਸਟਾਰਟ ਰਹੂਗੀਆਂ। ਠੰਡ ਲੱਗੀ ਵਿਚਾਰੀਆਂ ਨੂੰ ਰਾਤ ਦੀ, ਚਾਬੀ ਕਿੱਥੇ ਗਈ, ਤਰੇਲ ਹੀ ਤਰੇਲ ਹੋਈ ਪਈ ਆ, ਭੱਜੀਆਂ ਪਈਆਂ। ਆਦ ਹੋ ਗਈ ਆ ਪਹਿਲੀ ਕਿੱਕ ਤੇ ਸਟਾਰਟ, ਆਦ ਭਿੱਜੀ ਪਈ ਮੇਰੇ ਵਾਲੀ ਤਾਂ। ਲੰਗਰ ਬਣਨਾ ਸ਼ੁਰੂ ਹੋ ਗਿਆ, ਲੰਗਰ ਹੀ ਉੱਠ ਪਏ ਆ ਸਾਰੇ। ਅਸੀਂ ਤਾਂ ਸੈਲਫਾਂ ਮਾਰੀਆਂ, ਪੀਪਾਂ ਹੋ ਗਈਆਂ ਸਟਾਰਟ, ਅਤੇ ਕੱਪੜਾ ਮਾਰਿਆ, ਤਰੇਲ ਨਾਲ ਭਿੱਜੀਆਂ ਸੀ, ਸ਼ੀਸ਼ੇ ਸਾਫ਼ ਕੀਤੇ ਫਰੰਟ ਵਾਲੇ। ਇੱਧਰ ਮੁੰਡੇ ਬੈਠੇ ਆ, ਕੱਢਣ ਲੱਗੇ ਹਾਂ ਗੱਡੀਆਂ ਪਰਾਂ ਕਰਾ ਕੇ ਨਾ, ਆਪਣੀਆਂ ਜੀਪਾਂ ਲੰਘਣੀਆਂ ਨਹੀਂ, ਗੱਡੀਆਂ ਪਰਾਂ ਕਰਕੇ ਫੇਰ ਲੰਘਾਉਣੀਆਂ ਪੈਣੀਆਂ। ਬਾਜਰੇ ਦੀ ਰੋਟੀ, ਬੇਸਣ ਦੀ ਸਬਜ਼ੀ, ਪੀਆ ਤੇਰੀ ਬੋਤਲ ਪਈ ਆ ਰਾਤ ਦੀ ਕੋਕੇ ਕੋਲੇ ਵਾਲੀ, ਠੰਡਾ ਮਤਲਬ ਕੋਕਾ ਕੋਲਾ। ਕਿੱਦਾਂ ਬਣੀ ਗੱਲ?